ਸ਼ਿਕਾਰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਸਪ੍ਰੀਤ ਢਿੱਲੋਂ ਤੇ ਤੁਹਾਡਾ ਸਭ ਦਾ ਯੈਸ ਟੀਵੀ 'ਚ ਸਵਾਗਤ ਹੈ। ਮੁੰਡਾ ਹੋਵੇ ਜਾਂ ਕੁੜੀ, ਵਿਆਹ ਦਾ ਚਾਅ ਤਾਂ ਸਭ ਨੂੰ ਹੀ ਚੜਦਾ ਹੈ। ਜਿਸ ਦਿਨ ਵਿਆਹ ਤੇ ਦੋ ਦਿਲ ਮਿਲਦੇ ਨੇ ਉੱਥੇ ਹੀ ਵਿਆਹ ਤੇ ਦੋ ਪਰਿਵਾਰਾਂ ਦਾ ਵੀ ਮੇਲ ਹੁੰਦਾ ਹੈ। ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗੀ ਕਿ ਵਿਆਹ ਤੇ ਹਰ ਰਸਮ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਤੇ ਅੱਜ ਮੈਂ ਤੁਹਾਨੂੰ ਚੂੜੇ ਦੀ ਵਜ੍ਹਾ ਦੱਸਣਾ ਚਾਹਾਂਗੀ ਕਿ ਕੁੜੀਆਂ ਚੂੜਾ ਕਿਉਂ ਪਾਉਂਦੀਆਂ ਨੇ ਤੇ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਚੂੜਾ ਦਿਖਦਾ ਕਿਵੇਂ ਦਾ ਹੈ। ਚੂੜਾ ਲਾਲ ਤੇ ਸਫੇਦ ਰੰਗ ਦਾ ਹੁੰਦਾ ਹੈ, ਪਰ ਅੱਜ ਕੱਲ੍ਹ ਦੇ ਟਾਈਮ 'ਚ ਹੁਣ ਚੂੜਾ ਮਹਿਰੂਨ ਗੁਲਾਬੀ ਰੰਗਾਂ ਦਾ ਵੀ ਆਉਣ ਲੱਗਿਆ ਹੈ। ਪਿਛਲੇ ਟਾਈਮ 'ਚ ਚੂੜਾ ਹਾਥੀ ਦੇ ਦੰਦ ਨਾਲ ਬਣਦਾ ਸੀ, ਪਰ ਹੁਣ ਚੂੜਾ ਪਲਾਸਟਿਕ ਦੇ ਨਾਲ ਬਣਾਇਆ ਜਾਂਦਾ ਹੈ। ਹਿੰਦੂ ਫੈਮਿਲੀ 'ਚ ਨਹੀਂ, ਪੰਜਾਬੀ ਫੈਮਿਲੀ 'ਚ ਵੀ ਚੂੜਾ ਬਹੁਤ ਜ਼ਰੂਰੀ ਹੁੰਦਾ ਹੈ। ਕੁੜੀ ਨੂੰ ਫੇਰਿਆਂ ਤੋਂ ਕੁਝ ਦੇਰ ਪਹਿਲੇ ਪਵਾਇਆ ਜਾਂਦਾ ਹੈ ਤੇ ਚੂੜਾ ਕੁੜੀ ਦਾ ਮਾਮਾ ਲੈ ਕੇ ਆਉਂਦਾ ਹੈ ਤੇ ਉਹੀ ਉਹਨੂੰ ਪਵਾਉਂਦਾ ਹੈ। ਚੂੜੇ ਨੂੰ ਕੱਚੀ ਲੱਸੀ 'ਚ ਧੋ ਕੇ ਫਿਰ ਕੁੜੀ ਨੂੰ ਪਵਾਇਆ ਜਾਂਦਾ ਹੈ, ਪਰ ਪਹਿਲੇ ਟਾਈਮ 'ਚ ਚੂੜੇ ਨੂੰ ਇੱਕ ਦਿਨ ਲਈ ਦੁੱਧ ਵਿੱਚ ਡਬੋ ਦਿੱਤਾ ਜਾਂਦਾ ਸੀ, ਪਰ ਕਿਤੇ ਹੁਣ ਚੂੜੇ ਦੀ ਚਮਕ ਖਰਾਬ ਨਾ ਹੋ ਜੇ ਇਸ ਕਰਕੇ ਚੂੜੇ ਨੂੰ ਉਸੇ ਟਾਈਮ ਧੋ ਕੇ ਕੁੜੀ ਨੂੰ ਪਵਾ ਦਿੱਤਾ ਜਾਂਦਾ ਹੈ। ਪਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ ਕਿ ਚੂੜਾ ਪਾਉਣ ਤੋਂ ਬਾਅਦ ਉਸ ਚੂੜੇ 'ਤੇ ਇੱਕ ਵਾਈਟ ਕਲਰ ਦਾ ਕੱਪੜਾ ਬੰਨ ਦਿੱਤਾ ਜਾਂਦਾ ਹੈ ਕਿ ਕੁੜੀ ਉਸ ਚੂੜੇ ਨੂੰ ਦੇਖ ਨਾ ਲਏ। ਕੁਝ ਲੋਕ ਕਹਿੰਦੇ ਨੇ ਕਿ ਅਗਰ ਕੁੜੀ ਉਸ ਚੂੜੇ ਨੂੰ ਦੇਖ ਲਏ ਤਾਂ ਉਸਦੀ ਮੈਰਿਡ ਲਾਈਫ 'ਚ ਕਾਫੀ ਪ੍ਰੋਬਲਮਸ ਆ ਜਾਂਦੀਆਂ ਨੇ, ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ ਕਿ ਚੂੜਾ ਅਸੀਂ ਕਦੋਂ ਤੱਕ ਪਾ ਸਕਦੇ ਹਾਂ। ਵੈਸੇ ਤਾਂ ਚੂੜਾ 1 ਸਾਲ ਜਾਂ 40 ਦਿਨ ਤੱਕ ਪਾਇਆ ਜਾਂਦਾ ਹੈ, ਪਰ ਅੱਜ ਕੱਲ੍ਹ ਦੀ ਕੁੜੀਆਂ ਉਹਨੂੰ 1 ਮਹੀਨਾ ਜਾਂ ਫਿਰ 15 ਦਿਨ ਤੱਕ ਹੀ ਪਾ ਕੇ ਰੱਖਦੀਆਂ ਨੇ। ਜਿੱਥੇ ਮੰਗ ਪਰਨਾ ਤੇ ਮੰਗਲ ਸੂਤਰ ਪਾਉਣਾ ਵੀ ਜ਼ਰੂਰੀ ਹੁੰਦਾ ਹੈ ਉੱਥੇ ਚੂੜਾ ਪਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਸੁਹਾਗ ਦਾ ਪ੍ਰਤੀਕ ਹੁੰਦਾ ਹੈ। ਕਿਵੇਂ ਲੱਗੀ ਅੱਜ ਦੀ ਵੀਡੀਓ ਕਮੈਂਟ ਸੈਸ਼ਨ 'ਤੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ।